ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੰਡਿਆਲਾ, ਤਹਿਸੀਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਲੱਗਦਾ ਹੈਗਾ। ਖਾਸ ਵਿਜਿਟ ਜਿਹੜੀ ਹੈਗੀ ਦੋਸਤੋ ਤੁਸੀਂ ਪਿੰਡ ਮੰਡਿਆਲੇ ਕਰਨੀ ਹੈਗੀ ਆ, ਠੀਕ ਹੈ ਜੀ। ਅਤੇ ਅੱਜ ਨਗ ਜਿਹੜੇ ਹੈਗੇ ਆ ਬਿਲਕੁਲ ਵਿਕਾਊ, ਮੱਝਾਂ ਝੋਟੀਆਂ ਜਿਹੜੀਆਂ ਹੈਗੀਆਂ ਆਪਾਂ ਤੁਹਾਨੂੰ ਤਿੰਨ ਦਿਖਾ ਦਾਂਗੇ, ਬਿਲਕੁਲ ਤਾਜ਼ੀਆਂ ਸੂਈਆਂ ਨੇ, ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਬੂਰੀ ਨੀਲੀ ਰਾਵੀ ਦੀ ਮੱਝ ਤੁਹਾਨੂੰ ਵੇਖਣ ਦੇ ਵਿੱਚ ਮਿਲੇਗੀ। ਪਿਓਰ ਬੂਰੀ ਨੀਲੀ ਰਾਵੀ ਦੀ ਮੱਝ ਹੈਗੀ ਆ, ਅਤੇ ਤਾਜ਼ੀਆਂ ਸੂਈਆਂ ਨੇ, ਕੋਈ 8-8, 7-7 ਦਿਨਾਂ ਦੀਆਂ, ਇੱਕ ਹਫ਼ਤੇ ਤੱਕ ਦਾ ਕੋਈ ਸਮਾਂ ਕਹਿੰਦੇ, 5-4 ਦਿਨ ਦਾ ਸਮਾਂ, ਇੰਨਾ ਕੁ ਜਿਹੜਾ ਦੋਸਤੋ ਘੱਟੋ ਘੱਟ ਸਮਾਂ ਹੋਇਆ ਸੂਈਆਂ ਨੇ, ਠੀਕ ਹੈ ਜੀ। ਅਤੇ ਪਸ਼ੂ ਜਿਹੜਾ ਦੋਸਤੋ ਤੁਸੀਂ ਧਿਆਨ ਦੇ ਨਾਲ ਦੇਖ ਲਿਓ, ਤਿੰਨੇ ਪਸ਼ੂ ਸੂਏ ਹੋਣਗੇ। ਚੁਬਾਈ ਜਿਹੜੀ ਇੱਕ ਟਾਈਮ ਦੀ, ਦੋ ਟਾਈਮ ਦੀ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ, ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਇੱਕ ਰਿਕੁਐਸਟ ਹੁੰਦੀ ਆ, ਚੁਬਾਈ ਕਰ ਲਿਓ। ਅਤੇ ਰੇਟ ਜਿਹੜੇ ਆ ਦੋਸਤੋ ਬਿਲਕੁਲ ਵਾਜਬ ਰੇਟ ਹੋਣਗੇ, ਬਿਲਕੁਲ ਭਾਅ ਮੁੱਲ ਜਿਹੜੇ ਦੋਸਤੋ ਵਾਜਬ ਹੋਣਗੇ, ਠੀਕ ਆ। ਚੀਜ਼ਾਂ ਤੁਹਾਨੂੰ ਚੰਗੀਆਂ ਵੀ ਲੱਗਣਗੀਆਂ, ਚੀਜ਼ਾਂ ਚੰਗੀਆਂ ਲੱਗਣ 'ਤੇ ਤਸੱਲੀ ਆ, ਤੁਸੀਂ ਕਰਨੀ ਹੈਗੀ ਆ ਦੋ ਟਾਈਮ ਦੀ ਚੁਬਾਈ ਕਰ ਲਓ, ਕੋਈ 4 ਟਾਈਮ ਦੀ ਕਰ ਲਓ, ਠੀਕ ਆ। ਸੋ ਭਾਅ ਜੀ ਸੁਖਵਿੰਦਰ ਸਿੰਘ ਮੇਰੇ ਨਾਲ ਹੋਣਗੇ ਦੋਸਤੋ, ਭਾਅ ਜੀ ਸੁਖਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਦੇ ਹਾਂ। ਅੱਜ 11 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ, ਅਤੇ ਸਮਾਂ ਤਕਰੀਬਨ 2:30 ਵਜੇ ਦਾ ਸਮਾਂ ਹੈਗਾ। ਆਓ ਕਰਦੇ ਹਾਂ ਗੱਲਬਾਤ ਭਾਈ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ, ਪੁੱਛਦੇ ਹਾਂ ਅੱਜ ਇਹਨਾਂ ਪਸ਼ੂਆਂ ਦੇ ਕੀ ਮੁੱਲ ਨੇ, ਕੀ ਥੱਲੇ ਦੁੱਧ ਹੈਗਾ, ਫੁੱਲ ਡਿਟੇਲ ਜਾਣ ਦੇਵਾਂਗੇ। ਬੂਰੀ ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਮੱਝ ਤੋਂ ਆਪਾਂ ਸਟਾਰਟ ਕਰ ਲਾਂਗੇ। ਆ ਜਾਓ ਭਾਅ ਜੀ ਸਾਹਮਣੇ ਜੀ। ਸਭ ਤੋਂ ਪਹਿਲਾਂ ਭਾਅ ਜੀ ਸੁਖਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਸਾਰਿਆਂ ਨੂੰ, ਜਿੰਨੇ ਵੀ ਮੇਰੇ ਵੀਰ ਭਰਾ ਵੀਡੀਓ ਵੇਖ ਰਹੇ ਨੇ, ਰਾਜ ਸੰਧੂ ਚੈਨਲ ਨੂੰ ਵੇਖ ਰਹੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਭਾਅ ਜੀ ਸਾਰਿਆਂ ਤਹਿ ਦਿਲ ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ ਜੀ ਸਾਡੇ ਘਰੇ ਆਉਣ ਤੇ। ਮਿਹਰਬਾਨੀ ਭਾਅ ਜੀ। ਤੇ ਅੱਛਾ ਭਾਅ ਜੀ, ਮੱਝਾਂ ਆਪਣੇ ਮਤਲਬ ਹੈ ਘਰ ਦੀਆਂ ਹੀ ਸੀ ਜੀ? ਨਹੀਂ ਜੀ ਭਾਅ ਜੀ, ਆ ਲਿਆਂਦੀਆਂ ਸੀ। ਇਹ ਲਿਆਂਦੀਆਂ ਸੀ ਹਾਂਜੀ, ਠੀਕ ਆ। ਵਪਾਰ ਦਾ ਕੰਮ ਸ਼ੁਰੂ ਕਰਨਾ ਹੈ, ਵਪਾਰ ਦਾ ਕੰਮ ਸ਼ੁਰੂ ਕੀਤਾ ਜੀ ਆਪਾਂ। ਹਾਂਜੀ ਹਾਂਜੀ। ਤੇ ਪਸ਼ੂ ਤੁਹਾਡੇ ਦੋਸਤੋ ਬੇਸ਼ੱਕ ਤੁਸੀਂ ਵੇਖੋਗੇ ਪਸ਼ੂ ਚੰਗੇ ਹੋਣਗੇ। ਨੀਲੀ ਰਾਵੀ ਦੀ ਤੁਸੀਂ, ਮੈਂ ਪਹਿਲੇ ਨੰਬਰ 'ਤੇ ਜ਼ਿਕਰ ਕੀਤਾ ਸੀ, ਬੂਰੀ ਨੀਲੀ ਰਾਵੀ ਦੀ ਮੱਝ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ, ਠੀਕ ਆ। ਮੱਝ ਮੰਨ ਲਓ, ਝੋਟੀ ਮੰਨ ਲਓ, ਠੀਕ ਹੈ ਜੀ। ਅਤੇ ਆਓ ਕਰਦੇ ਹਾਂ ਗੱਲਬਾਤ। ਅੱਛਾ ਭਾਅ ਜੀ, ਬੂਰੀ ਨੀਲੀ ਰਾਵੀ ਦੇ ਵਿੱਚ ਆ ਗਈ ਝੋਟੀ ਹੈ। ਹਾਂਜੀ ਹਾਂਜੀ। ਅਤੇ ਇਹਦੀ ਫੁੱਲ ਡਿਟੇਲ ਕੀ ਹੈ ਜੀ, ਕਿੰਨਵਾਂ ਸੁਬਾਹ ਸੂਈ ਆ? ਭਾਅ ਜੀ ਇਹ ਤੀਜਾ ਸੁਬਾਹ ਸੂਈ ਆ ਜੀ, ਕਹਿਣ ਨੂੰ ਦੂਜਾ ਕਹੀ ਜੀ, ਪਰ ਆਪਾਂ ਤੀਜੇ ਉਹਨਾਂ ਨੇ ਕਿਹਾ ਤੇ ਆਪਾਂ ਵੀ ਤੀਜੇ ਕਹਿੰਦੇ ਤੁਹਾਨੂੰ। ਠੀਕ ਹੈ ਜੀ, ਠੀਕ ਆ ਜੀ, ਠੀਕ ਹੈ। 5 ਦਿਨ ਹੋ ਗਏ ਜੀ ਸੂਈ ਨੂੰ। ਠੀਕ ਹੈ ਜੀ। 8 ਕਿਲੋ ਦੁੱਧ ਲਾ ਲਓ, ਬੋਹਲਾ ਲਾ ਲਓ ਜੀ, ਠੀਕ ਆ ਜੀ। ਇੰਨਾ ਇਹਨੇ ਥੱਲੇ ਇਸ ਟਾਈਮ ਖਾ ਲਿਆ, ਠੀਕ ਹੈ ਜੀ। ਸੇਵਾ ਪਾਣੀ ਨਾਲ ਹੀ ਦੁੱਧ ਵਧਣਾ ਇਹਨੇ ਹੁਣ, ਠੀਕ ਹੈ ਜੀ। ਮਗਰ ਇਹਦੇ ਕੱਟੀ ਜੇ, ਮਗਰ ਕੱਟੀ ਹੈ ਹਾਂਜੀ। ਚੋਣ ਚੋਣ 1 ਨੰਬਰ ਆ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਜੀ। ਹਾਂਜੀ, ਲਓ ਵੀ ਦੋਸਤੋ ਮਗਰ ਬੱਚਾ ਵੀ ਦਿਖਾਊਂਗਾ ਮੈਂ ਤੁਹਾਨੂੰ, ਇੱਕ ਵਾਰੀ ਪੂਰੀ ਜਿਹੜੀ ਆ ਤੁਹਾਨੂੰ ਮੱਝ ਦਿਖਾ ਦਾਂ। ਬਿੱਲੀਆਂ ਅੱਖਾਂ ਨੇ, ਟੇਢਾ ਕੱਟ ਆ, ਸਿੰਘਾਂ ਦੀ ਬਣਤਰ ਸੋਹਣੀ ਆ, ਬਿਲਕੁਲ ਰਾਊਂਡ ਸ਼ੇਪ ਦੇ ਵਿੱਚ ਘੁੰਮੇ ਆ ਸਿੰਘ, ਅਤੇ ਘੁੰਮ ਕੇ ਬਿਲਕੁਲ ਜਿਹੜਾ ਦੋਸਤੋ ਸਪਰਿੰਗ ਦੀ ਤਰ੍ਹਾਂ ਬੈਕ ਸਾਈਡ ਨੂੰ ਆ, ਬਹੁਤ ਸੋਹਣੀ ਸਿੰਘਾਂ ਦੀ ਸ਼ੇਪ ਆ, ਬਿਲਕੁਲ ਫਿਰ ਤਾਂ ਬਿਲਕੁਲ ਸੋਹਣੇ ਬਣ ਜਾਣਗੇ। ਬਿਲਕੁਲ ਅਸੀਂ ਬਣਾਏ ਨਹੀਂ ਗੇ ਨਾ, ਸਾਨੂੰ ਅਜੇ ਇੰਨਾ ਬਿਲਕੁਲ ਨਵੇਂ ਬੰਦੇ ਕਰਕੇ ਨਹੀਂ ਕੁਛ ਕੀਤਾ। ਬਿਲਕੁਲ ਜੀ, ਸੋ ਅੱਗੇ ਕੋਈ ਵੀਰ ਲੈ ਕੇ ਜਾਊਗਾ, ਸ਼ੋਅ ਸ਼ੱਪਾ ਬਣਾ ਲੈਣਾ ਉਹਨੇ। ਹੋਰ ਸਾਰੀ ਨਿਸ਼ਾਨੀਆਂ ਪੂਰੀਆਂ ਏ ਟੂ ਜ਼ੈਡ ਜੀ, ਹੈ ਵੀ ਮਾਰਕਿੰਗ ਵੇਖੋ, ਬਿਲਕੁਲ ਉਨੀ ਉਨੀ ਜਿੰਨੀ ਚਾਹੀਦੀ ਹੁੰਦੀ। ਆ ਵੇਖੋ ਜੀ, ਸਾਰ ਤੇ ਸ਼ੂ ਤੇ ਨਿਸ਼ਾਨ ਜਿਹੜਾ ਜੀ, ਪੈਰ ਚਾਰੇ ਧੋਤੇ ਆ, ਤੇ ਪੂਛ ਉੱਪਰ ਤੱਕ ਵਾਈਟ ਆ, ਬਾਕੀ ਜਿਹੜਾ ਫੇਸ ਕੁਆਲਿਟੀ ਦੇਖੋਗੇ ਤੇ ਬਹੁਤ ਖੂਬਸੂਰਤ ਆ। ਇੱਕ ਭਾਜੀ ਉਹਨਾਂ ਨੇ ਹੋਰ ਦੱਸਿਆ ਵੀ ਜੇ ਜਾ ਇਹਨੂੰ ਟੀਕਾ ਭਰਾ ਲਓ, ਹਾਂਜੀ, ਜੇ ਬੂਰੇ ਸਾਣ ਦਾ ਭਰਾ ਲਓਗੇ ਤੇ ਬੂਰੇ ਹੀ ਬੱਚਾ ਦਊਗੀ, ਬਿਲਕੁਲ। ਜੇ ਕਾਲੇ ਤੋਂ ਭਰਾ ਲਓਗੇ ਤੇ ਕਾਲਾ ਦਊਗੀ, ਬਿਲਕੁਲ। ਉਹ ਅੱਗੇ ਆਉਂਦੇ ਅਸੀਂ ਬੂਰੇ ਦਾ ਬੱਚੇ ਇਹਦੇ ਤੋਂ ਲਏ 1-2, ਤੇ ਐਲਕੀ ਡਾਕਟਰ ਨੂੰ ਆਖਿਆ ਸੀ ਤੇ ਉਹ ਕੋਈ ਡਾਕਟਰ ਟੀਕਾ ਗਲਤ ਭਰ ਗਿਆ, ਟੀਕਾ ਗਲਤ ਭਰ ਗਿਆ ਤੇ ਇਹਨੇ ਐਲਕੀ ਕਾਲੀ ਕੱਟੀ ਦੇ। ਕੱਟੀ ਜਿਹੜੀ ਆ ਦੋਸਤੋ ਕਾਲੀ ਪਾਤੀ ਆ, ਮੈਂ ਤੁਹਾਨੂੰ ਆਹ ਦਿਖਾਉਣਾ ਚਾਹੂੰਗਾ, ਆਹ ਦੇਖੋ ਕੱਟੀ ਆ ਇਸ
ਨੀਲੀ ਦਾ ਵੀ ਮੱਝ ਥੱਲੇ, ਅਤੇ ਆਹ ਕੱਟੀ ਜਿਹੜੀ ਤੁਸੀਂ ਵੇਖੋ ਫੁੱਲ ਐਕਟਿਵ ਕੱਟੀ ਆ, ਪੂਰੀ ਵਧੀਆ ਨਿੱਗਰ ਕੱਟੀ ਦਿੱਤੀ ਆ। ਜਿਹੜਾ ਡਾਕਟਰ ਨੇ AI ਕੀਤੀ ਆ, ਤਕਰੀਬਨ ਮੋਹਰਾਂ ਦੀ ਕਿਤੇ AI ਕੀਤੀ ਆ ਜਾਂ ਨੋਰਮਲ ਇੱਕ AI ਕੀਤੀ ਆ, ਉਹਦਾ ਜਿਹੜਾ ਬੱਚਾ ਹੈਗਾ, ਠੀਕ ਆ। ਅਤੇ ਆਹ ਬਾਕੀ ਥਣਾ ਥੁਣਾ ਤੋਂ ਤੁਸੀਂ ਵੇਖੋ, ਆਹ ਕਰੋ ਚੈੱਕ ਜੀ, ਠੀਕ ਆ। ਥਣ ਦਾ ਸਾਈਜ਼ ਵੇਖੋ ਜੀ, ਡਿਫਰੈਂਸ ਵੇਖੋ, ਅਤੇ ਬਿਲਕੁਲ ਚੁਬਾਈ ਜਿਹੜੀ ਹੈਗੀ ਆ, ਹੁਣ ਤੁਸੀਂ ਬੌਲੇ ਤੋਂ ਬਾਹਰ ਆਈ ਸਮਝ ਲਓ, ਚਾਹੇ ਬੌਲੇ ਦੇ ਵਿੱਚ ਅੱਜ ਪੰਜਵੇਂ ਦਿਨਾਂ ਦੇ ਦੌਰਾਨ 8 ਲੀਟਰ ਜਿਹੜਾ ਦੋਸਤੋ ਤੁਸੀਂ ਚੁਬਾਈ ਕਰੋਗੇ ਘਰ ਵਿਜਿਟ ਕਰਕੇ, ਠੀਕ ਆ। ਅਤੇ ਦੁੱਧੋਂ ਜਿਹੜੀ ਨੋਰਮਲ ਆਪਾਂ ਗੱਲ ਕਰ ਲਈਏ ਤਾਂ 10 ਤੱਕ ਤਾਂ ਨੋਰਮਲ ਦੇਣਾ ਚਾਹੀਦਾ, ਜੇਕਰ ਬਰੀਡ ਦੀ ਗੱਲ ਕਰੀਏ। ਹਾਂਜੀ 10 ਤੱਕ ਤਾਂ ਦੇਊਗੀ ਜੀ, 10 ਤੋਂ ਵੱਧ ਵੀ ਸਕਦੀ ਹੈ, ਪਰ ਆਪਾਂ ਜ਼ਿਆਦਾ ਨਹੀਂ ਕਹਿੰਦੇ, ਸੇਵਾ ਨਾਲ ਹੁੰਦਾ। ਅਗਲਾ ਜੇ ਵੰਡ ਦਾਣਾ ਵੱਧ ਪਾਊਗਾ ਅਤੇ ਵੱਧ ਚੋਲੂਗਾ, ਜੇ ਮੇਰੇ ਵਾਂਗ ਬੰਨ ਹਿਸਾਬ ਦੇ ਦੇ ਪੱਠੇ ਦੱਕਾਂ ਦੇ ਦਿੱਤੀਆਂ ਤਾਂ ਫਿਰ ਦੇਣਾ ਇਹਨਾਂ ਨੇ, ਬਿਲਕੁਲ ਆਪਦੀ ਮਰਜ਼ੀ ਦਾ ਹੀ ਆ। ਬਿਲਕੁਲ, ਅਤੇ ਭਾਅ ਜੀ ਸੁਖਵਿੰਦਰ ਸਿੰਘ ਕਰੀਏ ਖੋਲ੍ਹ ਕੇ ਤੋਰ ਗਏ ਜੀ। ਲਓ ਵੀ ਮਿੱਤਰੋ, ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਓ, ਚੀਜ਼ ਪੂਰੀ ਨਗੀਨਾ ਹੈ, ਠੀਕ ਹੈ ਜੀ, ਨਗੀਨਾ ਚੀਜ਼ ਆ। ਅਕਸਰ ਨੀਲੀ ਦਾ ਵੀ ਝੋਟੀ ਦੀ ਗੱਲ ਕਰੀਏ, ਮੱਝ ਦੀ ਗੱਲ ਕਰੀਏ ਤਾਂ ਬਹੁਤ ਘੱਟ ਪਸ਼ੂ ਨਿਕਲਦੇ ਇਹੋ ਜਿਹੇ, ਅਤੇ ਜਦੋਂ ਨਿਕਲਦੇ ਆ ਤਾਂ ਬਹੁਤ ਵੀਰਾਂ ਦੀ ਇੱਛਾ ਹੁੰਦੀ ਹੈ ਖਰੀਦਣ ਦੀ। ਅਤੇ ਬਿਲਕੁਲ ਜਿਹੜਾ ਦੋਸਤੋ ਥਣਦੇਵਾ ਵੇਖੋਗੇ ਤਾਂ ਪੱਧਰ ਥਣਦੇਵਾ ਹੈਗਾ, ਅਤੇ ਬਰੀਕ ਚਮੜੀ ਆ, ਬਿਲਕੁਲ ਕਾਗਜ਼ ਵਾਂਗੂ ਆਪਾਂ ਕਹੀਏ ਨਾ, ਨੋਰਮਲੀ ਕਾਗਜ਼ ਵਰਗੀ ਜਿਹੜੀ ਚਮੜੀ ਹੈਗੀ ਇਹਦੀ, ਗੋਲਡਨ ਪੂਰੀ ਬਿਲਕੁਲ ਤੁਹਾਡੇ ਸਾਹਮਣੇ ਆ। ਅਤੇ ਥਣਦੇਵੇ ਦੀ ਸਫਾਈ ਆ, ਬਾਕੀ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ, ਹਰ ਪਾਸਿਓਂ ਪੂਰੀ ਆ, ਖੂਬਸੂਰਤ ਆ। ਠੀਕ ਆ। ਅੱਛਾ ਭਾਅ ਜੀ ਸੁਖਵਿੰਦਰ ਸਿੰਘ, ਕਿੰਨਾ ਕੁ ਮੁੱਲ ਡਿਮਾਂਡ ਕੀ ਆ? ਵੀਰ ਜੀ ਮੁੱਲ ਆਪਾਂ ਨਾ ਬਰਾਬਰ ਜੇ ਕਰਨਾ, ਕਿਉਂਕਿ ਪਹਿਲੀ ਵੀਡੀਓ ਪਾਉਣੀ ਤੇ ਇਹ ਨਾ ਹੋਵੇ ਵੀ ਵੀਰ ਮੇਰੇ ਭਰਾ ਆਖਣ ਰੇਟ ਬੜਾ ਕੀਤਾ ਜੀ, ਆਪਾਂ ਇੱਕੋ ਜਿਹਾ ਜਾਇਜ਼ਾ ਮੁੱਲ ਕਰਨਾ ਜਿਹੜਾ ਪਹਿਲੇ ਫੋਨ ਤੇ ਮੱਝਾਂ ਵਿਕ ਜਾ। ਬਿਲਕੁਲ ਜੀ, ਮੁੱਲ ਵੀਰ 65,000 ਦੇ ਵਿੱਚੋਂ ਮਾਨਤਾਨ ਕਰਾਂਗੇ। 65,000 ਦੇ ਵਿੱਚੋਂ? ਹਾਂ, ਜਿੰਨਾ ਵੀ ਅਸੀਂ ਖੁਸ਼ੀ ਨਾ ਕਰਦੀ 200-500 ਜੀ, ਹੋਰ ਵੀ ਭੈਣ ਭਰਾ ਕੋਈ ਇੰਨਾ ਕਰਦਾ। ਲਓ ਵੀ ਮਿਲੋ ਵੀ ਬਹੁਤ ਵਧੀਆ ਝੋਟੀ ਆ, ਮੱਝ ਮੰਨ ਲਓ, ਝੋਟੀ ਮੰਨ ਲਓ, ਖੂਬਸੂਰਤ ਆ। ਦੁੱਧ ਜਿਹੜਾ ਦੋਸਤੋ ਪਾਏ ਦਾ ਪਹਿਲਾਂ ਜਿਗਰ ਭਾਅ ਜੀ ਨੇ ਕਰਤਾ, ਅਤੇ 65,000 ਮੁੱਲ ਆ, 80 ਵੀ ਕਰ ਸਕਦੇ ਸੀ ਤਾਂ 75 ਵੀ ਕਰ ਸਕਦੇ ਸੀ ਅੱਜ ਬਾਜ਼ਾਰ ਦੇ ਹਿਸਾਬ ਨਾਲ। ਅਤੇ ਭਾਅ ਜੀ ਕਹਿੰਦਾ ਵੀ ਲੈਣ ਦੇਣ ਵਾਲੀ ਗੱਲ ਕਰਨੀ ਆ, ਬਾਕੀ ਚੀਜ਼ ਦੇ ਵਿੱਚ ਰਤਾ ਭਾਰ ਵੀ ਕੋਈ ਨੁਕਸ ਨਹੀਂ ਗਾ, ਚਵਾਈ ਤੁਸੀਂ ਕਰ ਲੈਣੀ ਘਰ ਵਿਜਿਟ ਕਰਕੇ, ਖੂਬਸੂਰਤ ਚੀਜ਼ ਆ। ਆ ਜਾਓ ਅਗਲੀ, ਆਪਾਂ ਤੁਹਾਨੂੰ ਜਿਹੜੀ ਇੱਕ ਮੱਝ ਉਹ ਵੀ ਦਿਖਾ ਦਈਏ। ਅਤੇ ਸੂਆ ਭਾਅ ਜੀ ਇਹ ਕਿੰਨਵਾਂ ਸੂਈ ਹੈ ਜੀ? ਭਾਅ ਜੀ ਦੂਜੇ ਸੂਏ ਚੋਂ ਝੋਟੀ ਪਿਓਰ, ਦੂਜਾ ਸੂਆ ਹੈ ਜੀ? ਹਾਂਜੀ ਦੂਜਾ ਸੂਆ। ਦੇਣੇ ਨੂੰ ਕਿੰਨੇ ਹੋ ਗਏ ਜੀ? ਦੇਣੇ ਨੂੰ ਵੀ 10 ਦਿਨ ਹੋ ਗਏ ਜੀ। 10 ਦਿਨ? ਆਹ ਕੱਟੀ ਮਗਰ ਦੇ, ਮਗਰ ਇਹਦੇ ਵੀ ਕੱਟੀ ਆ, ਸੂਆ ਦੂਜਾ ਦੋਸਤੋ ਪਿਓਰ ਦੂਜਾ ਜੀ, ਤੇ ਪਿਓਰ ਦੂਜੇ ਸੂਏ ਦੇ ਵਿੱਚ ਆ, ਮਗਰ ਕੱਟੀ ਆ, ਠੀਕ ਹੈ ਜੀ, ਮਗਰ ਕੱਟੀ ਆ ਦੂਜੇ ਸੂਏ ਦੇ ਵਿੱਚ ਆ। ਤੇ ਕੱਦ ਕਾਠ ਜਿਹੜਾ ਦੋਸਤੋ ਵਧੀਆ ਹੈਗਾ, ਪੂਰੇ ਕੱਦ ਕਾਠ ਦੀ ਜਿਹੜੀ ਇਹ ਝੋਟੀ ਆ, ਠੀਕ ਆ, ਫੁੱਲ ਕੱਦ ਕਾਠੀ ਦੀ ਆ। ਤੇ ਥਣਾ ਤੋਂ ਉਹਨਾਂ ਦੀ ਉਲਟ ਬਹਿਣੀ ਵਾਲੇ ਪਾਸਿਓਂ ਮੈਂ ਤੁਹਾਨੂੰ ਥਣ ਦਿਖਾਉਣਾ, ਆਹ ਕਰੋ ਚੈੱਕ ਜੀ, ਬਿਲਕੁਲ ਨੋਕ ਵਾਲਾ ਤੇ ਮੁੱਠੀ ਵਾਲਾ ਥਣਾ, ਆਹ ਦੇਖੋ ਜੀ ਵੀ ਥਣ ਦੀ ਜਿਹੜੀ ਦੋਸਤੋ ਸਫਾਈ ਪੂਰੀ ਆ, ਅਤੇ ਚੰਗੀ ਲੱਗੂਗੀ ਜੋ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਦੋਸਤੋ, ਉਹ ਉਮੀਦ ਕਰਦਾ ਵੀ ਜਿੰਨੀ ਦੱਸੀ ਜਾਊਗੀ ਤੁਹਾਨੂੰ ਵੀ ਉਨੀ ਘਰ ਵਿਜਿਟ ਕਰਕੇ ਪਰਫੈਕਟ ਹੀ ਮਿਲੂਗੀ। ਅਤੇ ਸੂਆ ਦੂਜਾ ਸੂਈ ਆ, ਠੀਕ ਆ, ਉਦਾਂ ਵੀ ਰਹਿਣ ਸੀਲ ਠੰਡੀਆਂ ਮੱਝਾਂ ਚੋਣ ਪੋਲੀਆਂ ਤਿੰਨੇ ਜੀ, ਕੋਈ ਨਹੀਂ ਵੀ ਕੋਈ ਆਪੂ ਕੜ ਲਈ ਆ ਜਾਂ ਕੋਈ ਛੱਡ ਜੂਗਾ ਭੂਰ ਛੱਟੇ ਤੋਂ ਜਾਂ ਕੁਛ ਵੀ, ਹਾਂ ਇੱਕ ਸਾਰ ਬਿਲਕੁਲ ਚਵਾ ਜੀ। ਹਾਂਜੀ ਹਾਂਜੀ। ਤੇ ਭਾਅ ਜੀ 5 ਕਿ ਦਿਨ ਦੱਸੇ ਇਹਨੂੰ ਵੀ? ਨਹੀਂ ਵੀਰੇ ਨੂੰ 8 ਦਿਨ ਹੋ ਗਏ। 8 ਦਿਨ ਹੋ ਗਏ, 8 ਕਿ ਦਿਨ ਹੁਣ ਕੀ ਹਾਜ਼ਰ ਕੀ ਥੱਲੇ? ਹਾਜ਼ਰ ਵੀਰੇ ਦੇ ਥੱਲੇ 10 ਕਿਲੋ ਦੁੱਧ ਪੂਰਾ ਜੀ, ਪੂਰਾ ਕਹਿਣ ਨੂੰ 11-12 ਵੀ ਕਹਿ ਸਕਦੇ ਹਾਂ ਬਖਾਲੇ ਬਖੂਲੇ ਵਾਲਾ, ਪਰ ਨਹੀਂ ਆਪਾਂ ਜਿਹੜਾ 10 ਕਿਲੋ ਦੁੱਧ ਆ 10 ਦੇਗਾ, 10 ਜਿਹੜਾ ਆਪਾਂ ਚਵਾ ਦੇਣਾ ਹੋਊਗਾ ਵੀ ਝੱਗ ਸਮੇਂ ਤਾਂ 11 ਹੀ ਕਰ ਲਈਏ, ਪਰ ਠੰਡਾ ਕਰਕੇ ਵੀਰ ਕੋਈ ਚੋਵੇ ਤਾਂ 10 ਕਿਲੋ ਹੈ। ਲਓ ਵੀ ਆਹ ਪੇਟ ਪੁੱਠਾ ਵੇਖੋ, ਰਾਜੀ ਪੂਰੀ ਆ, ਵਜਨ ਦੇ ਵਿੱਚ ਪੂਰੀ ਆ,
ਆਹ ਦੇਖੋ ਜੀ ਫੁੱਲ ਕੱਦ ਕੱਢਦੀ ਆ ਅਤੇ ਪੱਧਰ ਲੇਵਾ ਦੋਸਤੋ ਵੀ ਕਈ ਵਾਰ ਹੁੰਦਾ ਵੀ ਆਹ ਵੇਖਣ ਦੇ ਵਿੱਚ ਫਰਕ ਨਾ ਹੋਵੇ ਤੁਹਾਡੇ ਵੀ ਬਿਲਕੁਲ ਪੱਧਰ ਥਣ ਦੇਵਾ ਅਤੇ ਨਾਲ ਹੀ ਮੈਂ ਭਾਅ ਜੀ ਨੂੰ ਕਹਿੰਦਾ ਵੀ ਖੋਲ੍ਹ ਕੇ ਵੀ ਇਹਨੂੰ ਤੋੜ ਦਈਏ ਜੀ ਝੋਟੀ ਜਿਹੜੀ ਦੋਸਤੋ ਹੈਗੀ ਆ ਥੋੜ੍ਹਾ ਜਿਹਾ ਡਰਦੀ ਆ ਕਈ ਵਾਰ ਪਸ਼ੂ ਅਗਲੀ ਥਾਂ 'ਤੇ ਨਵੀਂ ਥਾਂ 'ਤੇ ਆਇਆ ਹੁੰਦਾ ਬਾਕੀ ਬਿਲਕੁਲ ਪੱਧਰ ਜੋ ਦੱਸਿਆ ਜਾਊਗਾ ਦੋਸਤੋ ਰਤਾ ਭਰ ਵੀ ਜਿਹੜਾ ਫਰਕ ਨਹੀਂ ਨਿਕਲਦਾ ਹੈਗਾ ਬਿਲਕੁਲ ਪੱਧਰ ਥਣ ਦੇਵੇ ਦੀ ਆ ਇੱਕ ਸਾਰ ਜਿਹੜਾ ਦੋਸਤੋ ਚੌਰ ਸਲੇਵਾ ਬਿਲਕੁਲ ਪੱਧਰ ਜ਼ਰੂਰ ਤੁਸੀਂ ਧਿਆਨ ਦੇ ਨਾਲ ਜਦੋਂ ਘਰ ਆਏ ਵਿਜਿਟ ਕਰਕੇ ਵੇਖ ਹੀ ਲੈਣਾ ਕਿਸੇ ਗੱਲਿਓਂ ਵੀ ਜਿਹੜੀ ਦੋਸਤੋ ਖੁੱਜੀ ਨਹੀਂ ਹੈਗੀ ਹਰ ਪਾਸਿਓਂ ਪੂਰੀ ਹੈ ਠੀਕ ਹੈ ਜੀ ਆਹ ਕਰੋ ਚੈੱਕ ਜੀ ਠੀਕ ਹੈ ਅਤੇ ਮਗਰ ਜਿਹੜੀ ਫੀਮੇਲ ਕਾਫ ਕੱਟੀ ਇਹਦੇ ਥੱਲੇ ਹੈਗੀ ਮੈਂ ਤੁਹਾਨੂੰ ਉਹ ਵੀ ਇੱਕ ਵਾਰੀ ਕੱਟੀ ਦਿਖਾ ਦਿੰਦਾ ਆਹ ਦੇਖੋ ਜੀ ਆਹ ਕੱਟੀ ਹੈਗੀ ਇਹਦੇ ਥੱਲੇ ਬੱਚਾ ਜਿਹੜਾ ਆਹ ਫੀਮੇਲ ਕਾਫ ਆ ਠੀਕ ਆ ਠੀਕ ਆ ਅਤੇ 10 ਕਿਲੋ ਜਿਹੜਾ ਦੋਸਤੋ ਬਿਲਕੁਲ ਮਿਹਨਤੀ ਦਾ ਦੁੱਧ ਹਾਜ਼ਰ ਆ ਅਤੇ ਭਾਅ ਜੀ ਕਿੰਨਾ ਕੁ ਮੁੱਲ ਲੈ ਦੀ ਕੀ ਆ ਵੀਰੇ ਦਾ ਮੁੱਲ ਬਰਾਬਰ ਹੀ ਆ 75,000 ਰੁਪਇਆ 75 ਹਾਂਜੀ ਠੀਕ ਆ ਜੀ 75,000 ਜਿਹੜਾ ਦੋਸਤੋ 75,000 ਦੇ ਵਿੱਚੋਂ ਕੋਈ ਮਾਨ ਤਾਨ ਕਰ ਦਾਂਗੇ 100-200-500 ਦਾ ਜ਼ਿਆਦਾ ਨਹੀਂ ਮੁੱਲ ਕਰਨਾ ਮੁੱਲ ਕਰਨ ਨੂੰ ਭਲਾ ਦਾ 85,000-90,000 ਕਰ ਲਈਏ ਪਰ ਜਿੱਡੀ ਝੋਟੀ ਹੈ ਅੱਜ ਕੱਲ੍ਹ ਰੇਟ ਬਹੁਤ ਜ਼ਿਆਦਾ ਜ਼ਿਆਦਾ ਜੀ ਅਤੇ ਪਰ ਆਪਾਂ ਨਾ ਕੰਮ ਨਵਾਂ ਚਲਾਉਣਾ ਬਿਲਕੁਲ ਅਤੇ ਬਸ ਗਾਹਕ ਬਣਾਉਣੇ ਆ ਬਰਾਬਰ ਹੀ ਦੇ ਜਾਣੀਆਂ ਕੋਈ ਜ਼ਿਆਦਾ ਨਫਾ ਨਹੀਂ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਕੰਮ ਨਵਾਂ ਜਿਹੜਾ ਵਿੱਢਿਆ ਹੈਗਾ ਭਾਅ ਜੀ ਨੇ ਨਵਾਂ ਆਰੰਭ ਕੀਤਾ ਅਤੇ ਸਾਥ ਦੇਣਾ ਹੈਗਾ ਤੁਸੀਂ ਭੈਣ ਭਰਾ ਨੇ ਪਸ਼ੂ ਚੰਗੇ ਵੀ ਲੱਗਣਗੇ ਅਤੇ ਘੱਟੋ ਘੱਟ ਵੀ ਜਿਹੜੇ ਹੋਰ ਕਿੱਲਿਆਂ ਦੇ ਕੋਈ 20-30,000 ਤੁਹਾਨੂੰ ਮਹਿੰਗਾ ਮਿਲੂਗਾ ਉਹਨਾਂ ਉਹਨਾਂ ਫਰਕ ਮੈਂ ਤੁਹਾਨੂੰ ਨੋਰਮਲੀ ਦੱਸ ਦਿੰਦਾ ਵੀ ਨਹੀਂ ਤਾਂ ਸੂਈਆਂ ਮੱਝਾਂ ਤਾਜ਼ੀਆਂ ਦਾ ਮੁੱਲ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਵੀਡੀਓ ਭਰਾ ਪਾਉਂਦੇ ਰਹਿੰਦੇ ਹਾਂ ਮੈਂ ਵੀ ਪਾਉਣਾ ਦੋਸਤੋ ਬਹੁਤ ਜਿਹੜੇ ਮੁੱਲ ਤੇਜ਼ ਕਰੀ ਬੈਠੇ ਆ ਠੀਕ ਆ ਅਤੇ ਬਿਲਕੁਲ ਜਿਹੜੇ ਹਿਸਾਬ ਕਿਤਾਬ ਵੰਡ ਦੇ ਵਿੱਚ ਪਸ਼ੂ ਤੁਹਾਨੂੰ ਦਿੱਤਾ ਜਾਊਗਾ ਇਸ ਘਰੋਂ ਇਸ ਕਿੱਲੇ ਦੇ ਉੱਪਰੋਂ 75,000 ਦੀ ਜਿਹੜੀ ਆ ਦੋਸਤੋ ਇਹ ਝੋਟੀ ਹੋ ਜੂਗੀ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਝੋਟੀ ਆਪਾਂ ਦਿਖਾਉਂਦੇ ਹਾਂ ਤਾਜ਼ੀ ਸੂਈ ਆ ਠੀਕ ਆ ਅਤੇ ਹਾਈਟ ਬਿਲਕੁਲ ਮੀਡੀਅਮ ਆ ਅਤੇ ਥੋੜ੍ਹੀ ਜਿਹੀ ਲਿੱਸੇਪਣ 'ਚ ਕਹੋ ਥੋੜ੍ਹੀ ਲਿੱਸੀ ਆ ਬਾਕੀ ਸਫਾਈ ਸਫੂਈ ਪੂਰੀ ਆ ਅਤੇ ਭਾਅ ਜੀ ਇਹਦੀ ਕੀ ਡਿਟੇਲ ਆ ਜੀ ਤਾਜ਼ੀ ਸੂਈ ਆ ਵੇਖੋ ਠੀਕ ਆ ਬੱਚਾ ਥੋੜਾ ਢਿੱਲਾ ਜਾ ਸੋ ਇੰਜੈਕਸ਼ਨ ਭਾਅ ਜੀ ਹੁਣ ਲਵਾਏ ਆ ਦੱਸਿਆ ਸੀ ਵੀ ਡਾਕਟਰ ਸਾਹਿਬ ਤੋਂ ਇੰਜੈਕਸ਼ਨ ਦੇ ਲਵਾਏ ਸੀ ਵੀ ਕੋਈ ਕਾਰਨ ਬਣਿਆ ਵੀ ਥੋੜਾ ਢਿੱਲਾ ਜਾ ਢਿੱਲਾ ਜਾ ਅਤੇ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਇਹ ਜਿਹੜਾ ਮੇਲ ਕਾਫ ਆ ਇਸ ਝੋਟੀ ਦੇ ਥੱਲੇ ਠੀਕ ਆ ਅਤੇ ਆਓ ਬਾਕੀ ਗੱਲਬਾਤ ਅਤੇ ਭਾਅ ਜੀ ਹੁਣ ਦਿਨ ਕਿੰਨੇ ਕੁ ਹੋ ਗਏ ਸੂਈ ਨੂੰ ਦਿਨ ਇਹਨੂੰ ਭਾਅ ਜੀ 4-5 ਦਿਨ ਹੀ ਹੋਏ ਆ 4-5 ਦਿਨ ਜੀ ਹਾਂਜੀ 5 ਦਿਨ ਹੀ ਇੱਥੇ ਗਿਆ ਅਤੇ ਬੋਲਾ ਹੁਣ ਕਿੰਨਾ ਕੁ ਆ ਜਾਣਾ ਬੋਲਾ ਇਸ ਟਾਈਮ ਇਹਦੇ ਥੱਲੇ ਵੀ 8 ਕਿਲੋ ਦੇ ਲਗਭਗ 8 ਕਿਲੋ ਹੈ ਹਾਂਜੀ ਠੀਕ ਆ 8 ਕਿਲੋ ਜਿਹੜਾ ਕਿਸਾਨ ਵੀਰ ਉਹ ਬੋਲਾ ਹੈਗਾ ਥੱਲੇ ਅੱਜ ਪੰਜਵੇਂ ਦਿਨ ਦੀ ਸੂਈ ਦੇ ਥੱਲੇ ਠੀਕ ਆ ਅੱਗੇ ਨੋਰਮਲੀ ਮੈਂ ਗੱਲ ਕਰ ਲਾਂ ਵੀ ਥੋੜ੍ਹੀ ਜਿਹੀ ਤੁਸੀਂ ਸਾਂਭ ਸੰਭਾਲ ਕਰਨੀ ਹੈ ਜਿਸ ਵੀਰ ਨੇ ਵੀ ਲੈ ਕੇ ਜਾਣੀ ਹੈ ਥੋੜ੍ਹੀ ਜਿਹੀ ਸਾਂਭ ਸੰਭਾਲ ਕਰਨੀ ਹੈ ਰਾਜੀ ਹੋ ਗਈ ਅਤੇ 10 ਨਹੀਂ ਅਤੇ 11 ਵੀ ਦੁੱਧ ਦੇ ਸਕਦੀ ਹੈ ਬਾਕੀ ਪਾਏ ਦਾ ਸੇਵਾ ਦਾ ਥਣ ਲਿਆ ਤੁਸੀਂ ਵੇਖ ਕੇ ਚੈੱਕ ਕਰੋ ਆਹ ਵੇਖੋ ਬੇਥਾਂ ਪਰਲਾ ਵੇਖੋ ਕਰਮਾ ਵਾਲੀ ਨੂੰ ਮੈਨੂੰ ਲੱਗਦਾ ਭਾਅ ਜੀ ਕਈ ਨਾ 1,00,000 ਰੁਪਏ ਦੀ ਮੱਝ ਲੈ ਲਈਏ ਨਾ ਉਹਨੂੰ ਵੀ ਇਹੋ ਜਿਹਾ ਥਣ ਬਹਾਨਾ ਨਹੀਂ ਲਗਾਉਂਦਾ ਆਹ ਦੇਖੋ ਲੱਗਦਾ ਆਹ ਦੇਖੋ ਜੀ ਠੀਕ ਆ ਮੱਥੇ ਤੋਂ ਲੈ ਕੇ ਤੇ ਪੂਛ ਤੱਕ ਵੇਖੋ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ
ਵੀ ਬਿਲਕੁਲ ਪਹਿਲਾਂ ਇਹਨੂੰ ਸਾਂਭਿਆ ਨਹੀਂ ਆ, ਟੀਕਾ ਟੂਕਾ ਕਿਸੇ ਚੰਗਾ ਭਰਾ ਲਿਆ ਪਰ ਬਾਅਦ ਚ ਇਹਨੂੰ ਸਾਂਭਿਆ ਨਹੀਂ, ਬਸ ਸੰਭਾਲ ਨਹੀਂ ਹੋਈਗੀ। ਜੈੱਟ ਬਲੈਕ ਮਾਸਾ ਵੇਖੋ, ਬਿਲਕੁਲ ਵਾਲ ਨਹੀਂ ਇੱਕ ਵੀ ਕਾਲਾ। ਬਾਕੀ ਝੋਟੀ ਨੇ ਦੁੱਧ ਵੀ ਜਿਹੜਾ ਦੋਸਤੋ ਵਜਨ ਤੇ ਜ਼ੋਰ ਸਿਰ ਤੇ ਦੇਣਾ ਤੇ ਥੋੜਾ ਜਿਹਾ ਕਿਸੇ ਨੇ ਤੋੜੀ ਰੱਖੀ ਆ, ਸੇਵਾ ਵਾਲੇ ਪਾਸੇ ਤੋੜੀ ਰੱਖੀ ਕਿਸੇ ਨੇ 400 ਦੇ ਘਰੇ ਚੋਲੂਗਾ ਜੀ। ਇਹ ਨਹੀਂ ਵੀ ਇਹ ਕੜੀ ਵੀ ਕੋਈ ਖੋਲਾ ਆ ਬੁੱਢੀ ਆ, ਬਿਲਕੁਲ ਦੂਜੇ ਸੂਏ ਝੋਟੀ ਸੂਏ ਦੂਜੇ ਸੂਏ ਹਰ ਵਜਾਈ ਕਰਕੇ ਵੇਖੋ ਮਿੰਟਾਂ ਮਿੰਟ ਸੂਈ ਜਾਂਦੀ ਕੁਕੜੀ ਆ। ਬਿਲਕੁਲ ਜੀ ਬਿਲਕੁਲ, ਤੇ 8 ਕਿਲੋ ਦੋਸਤੋ ਬਿਲਕੁਲ ਬੌਲਾ। ਠੀਕ ਆ, ਤੇ ਆ ਜਿਹੜਾ ਥਣ ਤੁਸੀਂ ਵੇਖੋ ਬਹਿਣੀ ਵਾਲੇ ਪਾਸੇ ਤੋਂ ਵੇਖਾਂ ਵਿਰਲਾ ਹਰ ਇੱਕ ਪਾਸਿਓਂ ਵੇਖੋ ਤਸੱਲੀ ਦੇ ਨਾਲ। ਆ ਉਲਟ ਬਹਿਣੀ ਵਾਲੇ ਪਾਸੇ ਤੋਂ ਆ ਥਣ ਗਏ, ਠੀਕ ਆ, ਤੇ ਖੋਲ ਕੇ ਭਾਜੀ ਇਹ ਦਿਖਾਈਏ ਜੀ। ਹਾਂ, ਝੋਟੀ ਚੰਗੀ ਹੈ ਦੋਸਤੋ, ਨੋਰਮਲੀ 10-9-10-10 ਲੀਟਰ ਤੱਕ ਤਾਂ ਉਮੀਦ ਮੇਰਾ ਵੀਰ ਕੋਈ ਵੀ ਰੱਖ ਕੇ ਇਹ ਝੋਟੀ ਲੈ ਕੇ ਜਾ ਸਕਦਾ। ਆ ਜਾਓ ਦਿਖਾਉਂਦੇ ਆਪਾਂ ਤੁਹਾਨੂੰ, ਠੀਕ ਹੈ ਜੀ। ਬਾਕੀ ਪੂਰੀ ਜਿਹੜੀ ਆ ਚਾਲ ਢਾਲ ਦੇਖੋ, ਤੋਰਾ ਦੇਖੋ, ਹਵਾਨਾ ਵੇਖੋ, ਹਰ ਪਾਸਿਓਂ ਪੂਰੀ ਹੈ, ਠੀਕ ਹੈ ਜੀ। ਲੇਵਾ ਕਰਨ ਵਾਲੀ ਤਾਂ ਬਹੁਤ ਜ਼ਿਆਦਾ ਸੋਹਣਾ, ਤੁਸੀਂ ਇੱਥੇ ਆਓਗੇ ਤਾਂ ਨਿਰਾਸ਼ ਨਹੀਂ ਹੋਵੋਗੇ। ਤਾਂ ਰੇਟ ਸਭ ਤੋਂ ਵੱਡੀ ਗੱਲ ਵੀ ਰੇਟ ਮੁੱਲ ਬਹੁਤ ਜਾਇਜ਼ ਕਰਨਾ, ਠੀਕ ਆ, ਜਾਇਜ਼ ਰੇਟ 'ਤੇ ਦੇਣੀ ਆ। ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖੀਏ ਤਾਂ ਬਿਲਕੁਲ ਜਾਇਜ਼ ਮੁੱਲ ਹੋਊਗਾ, ਪਸੰਦ ਆਊਗਾ ਤੁਹਾਨੂੰ, ਸੋਹਣੀ ਕੁਆਲਿਟੀ ਹੈਗੀ ਆਰਡਰ ਦੀ। ਚਵਾਈ ਪੁੱਛਾਂਗੇ ਕਿਉਂਕਿ ਚਵਾਈ ਆਲਮੋਸਟ ਸਾਰੇ ਪਸ਼ੂਆਂ ਦੀ ਬਹੁਤ ਖੂਬਸੂਰਤ ਆ, ਪੋਲੀ ਚਵਾਈ ਹੋਵੇਗੀ। ਭਾਜੀ ਚਵਾਈ ਤੁਸੀਂ ਆਪਦੇ ਮੂੰਹ ਦੱਸ ਕਿਉਂਕਿ ਤੁਸੀਂ ਚਵਾਈ ਕਰਦੇ ਹੋ। ਹਾਂਜੀ ਭਾਜੀ, ਇੱਕ ਨੰਬਰ ਚਵਾਈ ਹੋਊਗੀ, ਕੋਈ ਪੋਲੀ ਜੀ ਨਹੀਂ, ਐ ਪੋਲੀਆਂ ਮੱਝਾਂ, ਬਲਕਿ ਭੈਣ ਕੋਈ ਵੀ ਲੇਡੀਜ਼ ਚ। ਓਕੇ ਜੀ, ਅਸੀਂ ਆਪ ਵੀ ਚੋਣੀਆਂ ਹੁੰਦੀਆਂ ਨਾ ਮੱਝਾਂ, ਬਿਲਕੁਲ, ਤੇ ਆਪਾਂ ਨੂੰ ਪਤਾ ਹੀ ਕਰੀ ਕੋਈ ਘਰ ਦੇ ਚੋਂਦੇ ਆ ਬਾਹਰ ਅੰਦਰ ਜਾਈਦਾ, ਅੱਛਾ ਬੱਚੇ ਚੋਂਦੇ, ਫਿਰ ਪੋਲੇ ਡੰਗਰ ਲੈਣਾ ਪੈਂਦੇ, ਨਾਲੇ ਆਪਾਂ ਲਿਆਉਣਾ ਸੋਇਆ ਸੋਇਆ ਹੀ ਹੈ ਜ਼ਿਆਦਾ ਜੀ, ਸੂਣ ਵਾਲਾ ਘੱਟ ਹੀ ਡੰਗਰ। ਇਹਦਾ ਭਾਜੀ ਮੁੱਲ ਕੀ ਆ? ਮੁੱਲ ਭਾਜੀ ਇਹਦਾ 55,000 ਵੇਖੋ ਅੱਜ ਰੇਟ, ਤੇ ਉਹਦੇ ਵਿੱਚੋਂ ਮਾਨਤਾਨ ਕਰਦਾ 1,000 ਹੀ ਛੱਡਦਾ 55 ਚੋਂ। ਹਾਂਜੀ ਲਓ ਵੀ ਦੋਸਤੋ 55 ਤੋਕੜਾ ਵਾਲਾ, ਤੋਕੜਾ ਵਾਲਾ ਸੱਜਰ ਝੋਟੀ ਦਾ ਤੋਕੜਾ ਵਾਲਾ ਮੁੱਲ। ਹਾਂਜੀ ਬਸ ਇਹ ਮੁੱਲ ਪਤਾ ਕੋਈ ਲੱਸੀ ਜੇ ਮਾੜੀ, ਹਾਂ ਲੱਸੀ ਜ਼ਰੂਰ, ਥੋੜੀ ਜਿਹੀ ਲੱਸੀ ਜ਼ਰੂਰ ਆ, ਬਾਕੀ ਜਿਹੜਾ ਲਿੱਸਾ ਪਾਣੀ ਜਿਹੜਾ ਦੋਸਤੋ ਦੂਰ ਹੋ ਜਾਂਦਾ ਤੇ ਹੈ ਸਾਫ਼ ਹੈ ਪੂਰੀ, ਹੈ ਇੱਕ ਥਾਲ ਦੀ ਬੋਰੀ ਪੈ ਗਈ ਤੇ ਇਹਨੇ ਝੋਟੀ ਬਣ ਜਾਣਾ ਪੂਰੀ ਵੱਡੀ। ਬਿਲਕੁਲ ਜੀ, ਲਓ ਵੀ ਕੋਈ ਜ਼ਿਆਦਾ ਲਿੱਸਾ ਪਾਣੀ ਮੈਂ ਕਹਿਣਾ, ਬਾਕੀ ਥੋੜੀ ਜਿਹੀ ਲੱਸੀ, ਇਹ ਵੀ ਇੱਕ ਤਾਂ ਸੂਬੇ ਦੇ ਕਰਕੇ ਵੀ ਹੋ ਜਾਂਦਾ ਪਸ਼ੂ ਤਾਜ਼ੀ ਸੂਈ ਕਰਕੇ, ਬਾਕੀ ਜਿਹੜਾ ਵੀਰ ਅੱਗੇ ਹੱਥ ਚੰਗਾ ਮਾਰ ਲਊਗਾ ਝੋਟੀ ਜਿਹੜੀ ਦੋਸਤੋ ਮਿਲਦੀ ਬਹੁਤ ਘੱਟ ਆ ਅੱਜ ਕੱਲ੍ਹ ਤਾਂ। ਅਫਸਰ ਝੋਟੀਆਂ ਮੈਂ ਗੱਲ ਕਰ ਲਈ ਨਾ ਵੀ ਅਫਸਰ ਝੋਟੀਆਂ ਕੱਟੀਆਂ 50,000 ਦੀਆਂ ਮਿਲਦੀਆਂ ਪਈਆਂ ਨੇ ਤੇ 55,000 ਦੇ ਵਿੱਚੋਂ 1,000 ਸਿੱਧਾ ਮਾਨਤਾ ਨਾ ਸਿੱਧਾ ਜੀ। ਤੇ ਭਾਜੀ ਸੁਖਵਿੰਦਰ ਸਿੰਘ ਜੀ ਨੰਬਰ ਦੱਸ ਦਿਓ ਆਪਣੇ। ਨੰਬਰ ਭਾਜੀ 99145 ਹਾਂਜੀ 62714। ਠੀਕ ਹੈ ਜੀ, ਇਹ ਨੰਬਰ ਭਾਜੀ ਸੁਖਵਿੰਦਰ ਦੇ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦਿੰਦੇ ਹਾਂ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੀ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਸਤੋ ਇੱਕ ਬੈਡ ਵੀ ਹੈਗੀ ਆ ਭਾਜੀ ਹੋਰਾਂ ਦੇ ਕੋਲ, ਸੁਖਵਿੰਦਰ ਸਿੰਘ ਹੋਰਾਂ ਦੇ ਕੋਲ ਵਿਖਾਊ, ਉਹ ਵੀ ਆਪਾਂ ਪੁੱਛ ਲੈਂਦੇ ਕੀ ਡਿਟੇਲ ਆ। ਅੱਛਾ ਭਾਜੀ ਕੀ ਇਹਦੀ ਡਿਟੇਲ ਆ ਜੀ? ਇਹ ਭਾਜੀ ਸੂਈ ਨੂੰ ਹੋ ਗਏ 2 ਮਹੀਨੇ। ਹਾਂਜੀ, ਤੇ ਦੂਜਾ ਲਾ ਲਓ ਤੀਜਾ ਲਾ ਲਓ, ਇੰਨੇ ਕੁ ਸੂਏ ਹੈਗੀ ਆ, ਸੂਆ ਦੂਜਾ ਮੰਨ ਲਓ ਚਾਹੇ ਤੀਜਾ। ਠੀਕ ਹੈ ਜੀ, ਤੇ ਕਿੰਨਾ ਇਹਦੇ ਕੋਲ ਦੁੱਧ ਕਿੰਨਾ ਹੈਗਾ ਜੀ? ਦੁੱਧ ਇਸ ਟਾਈਮ ਭਾਜੀ 10 ਕਿਲੋ ਜੇ ਥੱਲੇ। 10 ਕਿਲੋ ਨੈਟ ਆਪਾਂ ਚੁਗਾ ਦਾਂਗੇ, ਨੈਟ ਤੋਂ ਨਾਲ ਬੱਚਾ ਥੱਲੇ ਹੈਗਾ ਜੀ, ਬੱਚਾ ਵੱਛੀ ਆ ਜੀ, ਆ ਵੀ ਵੱਛੀ ਆ। ਕਿੰਨੇ ਕਿ ਮਹੀਨੇ ਦਾ ਸੂਆ ਦੱਸਿਆ ਬੱਚਾ? ਮਹੀਨਾ 2-2 ਮਹੀਨੇ ਦਾ ਇਲਾਜ ਲਓ, ਐਵੇਂ ਆਪਾਂ ਕੀ ਕਹਿਣਾ। ਆ ਦੇਖੋ ਜੀ ਆ ਬੱਚਾ, ਬਾਕੀ ਤੁਸੀਂ ਆਪਦੀ ਜੱਜਮੈਂਟ ਕਰ ਲਿਓ। 2 ਮਹੀਨੇ ਦਾ ਜਿਹੜਾ ਬੱਚਾ ਮਗਰ ਜਿਹੜੀ ਜਰਸੀ ਦੀ ਵੱਛੀ ਆ, ਠੀਕ ਆ, ਕ੍ਰੋਸਿੰਗ ਜਰਸੀ ਦੀ ਮਗਰ ਵੱਛੀ ਆ, ਤੇ ਬਿਲਕੁਲ ਇਹਦੇ ਕੋਲ ਜਿਹੜਾ ਦੁੱਧ ਆ 210 ਕਿਲੋ। ਉਹਦਾ ਐ ਸੀਲ ਠੰਡੀ ਬੜਾ, ਬੱਚਾ ਛੱਡੋ ਨਾ ਛੱਡੋ, ਜੋ ਮਰਜ਼ੀ ਆਵੇ ਇਦਾਂ ਜਿੱਦਾਂ ਮਰਜ਼ੀ ਖਿੱਚੀਓ, ਮਾਰ ਦੋ ਧਾਰਾਂ ਜੀ ਸਾਰੇ ਥਣਾਂ। ਆ ਵੇਖੋ, ਆ ਵੇਖੋ ਜੀ, ਆ ਵੇਖੋ ਧਾਰਾਂ, ਆ ਵੇਖੋ ਉਲਟ ਬਹਿਣੀ ਲੱਗਦਾ ਥਣ, ਆ ਵੇਖੋ, ਆ ਵੇਖੋ
ਧਾਰਾਂ ਦੀ ਵੇਖੋ ਤੁਸੀਂ, ਆਹ ਵੇਖੋ ਆਹ ਮਗਰਲੇ ਥਣ ਦੀ, ਆਹ ਬਹਿਣੀ ਤੋਂ ਮਗਰਲੇ ਥਣ ਦੀ, ਠੀਕ ਹੈ ਜੀ। ਕੋਈ ਠੰਡੀ ਸੀਲ, ਠੰਡੀ ਜਦੋਂ ਮਰਜ਼ੀ ਬਹਿ ਜਾਓ ਥੱਲੇ, ਠੰਡੀ ਸੀਲ ਹੈ ਨਾ। ਤੇ ਅਗਲੇ ਗੋਡਿਆਂ ਦੇ ਵਿੱਚ ਸੋ ਜਾਂ ਪਾਣੀ ਭਰਿਆ ਜੀ, ਆਹ ਗੋਡੇ ਸੁੱਜੇ ਜੇ ਆਪਾਂ ਝੂਠ ਨਹੀਂ ਮਾਰਨਾ, ਠੀਕ ਹੈ। ਜਿਹੜੀ ਸਵੈਲਿੰਗ ਆ ਦੋਸਤੋ, ਜ਼ਰੂਰ ਤੁਸੀਂ ਜਿਹੜਾ ਥੋੜ੍ਹਾ ਜਿਹਾ ਵੀਰ ਕੋਈ ਟ੍ਰੀਟਮੈਂਟ ਕਰਾ ਲਊਗਾ, ਥੋੜ੍ਹਾ ਇਲਾਜ ਕਰਾਉਣਾ ਪਊਗਾ ਅੱਗੇ ਗੋਡਿਆਂ ਤੋਂ, ਥੋੜ੍ਹਾ ਟ੍ਰੀਟਮੈਂਟ ਜਿਹੜਾ ਕਰਾਉਣਾ ਪਵੇਗਾ, ਠੀਕ ਹੈ। ਅਤੇ 10 ਕਿਲੋ ਜਿਹੜਾ ਹਾਜ਼ਰ ਦੁੱਧ ਹੈ ਥੱਲੇ, ਖੋਲ੍ਹ ਕੇ ਦਿਖਾ ਦਈਏ ਮਾੜਾ ਜੀ। ਲਓ ਜੀ, ਥੋੜ੍ਹੀ ਜਿਹਾ ਤੁਰਦੀ ਤੁਰਦੀ ਉਹ ਹਿਸਾਬ ਨਾਲ, ਜਾਂ ਕੱਚੇ ਤਰੀ ਪੱਕੇ ਪੁੱਕੇ ਤਰੀ ਆ ਜੀ। ਹਾਂਜੀ, ਹਾਂਜੀ, ਠੀਕ ਹੈ ਜੀ। ਲਓ ਵੀ ਦੋਸਤੋ, ਇਹ ਵੈੜ ਆ ਭਾਜੀ ਹੋਰਾਂ ਦੇ ਕੋਲ, ਅਤੇ ਇਹ ਜ਼ਰੂਰ ਤੁਸੀਂ, ਬੇਸ਼ੱਕ ਥੋੜ੍ਹੀ ਜਿਹੀ ਅੱਗੇ ਗੋਡਿਆਂ ਦੇ ਵਿੱਚ ਆਪਾਂ ਕਈ ਨਾ ਕਹਿ ਦਈਏ ਪੱਕੇ ਥਾਂ ਦੇ ਪਸ਼ੂ ਰਹਿੰਦਾ, ਜਾਂ ਉਹ ਮੰਨ ਲਓ ਵੀ ਬਹਿਣ ਉੱਠਣ ਦੇ ਵਿੱਚ ਫਰਕ, ਅਤੇ ਪਾਣੀ ਅਗਲੇ ਗੋਡਿਆਂ ਦੇ ਵਿੱਚ ਇੱਕ ਭਰਿਆ, ਤਾਂ ਥੋੜ੍ਹਾ ਜਿਹਾ ਟ੍ਰੀਟਮੈਂਟ ਜ਼ਰੂਰ ਕਰਾਉਣਾ ਪਊਗਾ, ਇਹ ਤੁਸੀਂ ਜ਼ਰੂਰ ਵੇਖ ਲਿਓ, ਠੀਕ ਆ। ਅਤੇ ਮਗਰ ਬੱਚੀ ਆ, ਅਤੇ ਮੁੱਲ ਭਾਅ ਜੀ ਕੀ ਲੈ ਦੇ? ਮੁੱਲ ਭਾਅ ਜੀ ਇਹਦਾ ਬਿਲਕੁਲ ਜਾਇਆ ਜੀ। ਅੱਛਾ ਜੀ, 16,000 ਰੁਪਏ। 16,000 ਦੀ? ਹਾਂਜੀ, ਜਿਹੜੀ ਦੇ ਦੇਣੀ ਹੈ ਨਾ, ਦੇ ਦੇਣੀ ਹੈ, ਠੀਕ ਹੈ ਜੀ। 16,000 ਜਿਹੜਾ ਦੋਸਤੋ, ਇੱਕ ਮਹੀਨੇ ਦਾ ਦੁੱਧ ਹੀ ਹੈ ਜੀ, ਠੀਕ ਹੈ ਜੀ। 16,000 ਲੈਦੇ ਆ, ਅਤੇ ਮਹੀਨਾ ਕੁ ਦੁੱਧ ਜਿਹੜਾ ਤੁਸੀਂ ਵੇਖ ਸਕਦੇ ਹੋ ਵੀ 1.5 ਮਹੀਨੇ ਦੀ, 2 ਮਹੀਨੇ ਦੀ, 1.5 ਪੌਣੇ 2 ਮਹੀਨੇ ਦੀ, ਜਿੱਥੇ ਵੀ ਤੁਹਾਨੂੰ ਸੂਆ ਸਮਝ ਲੱਗੀ ਹੈ ਘਰੇ ਆ ਕੇ, ਉੱਥੋਂ ਤੱਕ ਦਾ ਜਿਹੜਾ ਸੂਆ ਤੁਸੀਂ ਮੰਨ ਸਕਦੇ, ਠੀਕ ਆ। ਬਾਕੀ ਥਣਾ ਥੋਣਾਂ ਦੀ ਜਿਹੜੀ ਆ ਚਵਾਈ ਆ, ਉਹ ਤੁਸੀਂ ਦੇਖ ਹੀ ਲਈ ਆ, ਬਾਕੀ ਜਿਸ ਕਿਸੇ ਵੀਰ ਨੇ ਖਰੀਦਣੀ ਆ, ਆਪ ਵੀ ਤੁਸੀਂ ਜ਼ਰੂਰ ਇੱਕ ਟੈਂਕ ਦੀ, 2 ਟਾਈਮ ਦੀ ਆਪ ਵੀ ਜ਼ਰੂਰ ਕਰ ਲਓ, ਠੀਕ ਆ। ਠੀਕ ਹੈ ਜੀ, ਬਿਲਕੁਲ। 16,000 ਦੀ ਕਹਿਤਾ ਸਰ ਜੀ, ਠੀਕ ਆ। ਮਗਰ ਬੱਚੀ ਹੈ ਦੋਸਤੋ, ਦੋਨੋਂ ਟਾਈਮ ਭਾਵੇਂ ਬੱਚੇ ਨੂੰ ਛੱਡ ਕੇ ਪਸਮਾ ਲਓ, ਚਾਹੇ ਬਿਨ ਬੱਚੇ ਤੋਂ, ਠੀਕ ਆ। ਅਤੇ ਬਿਲਕੁਲ ਜੀ, 100 ਰੁਪਈਆ ਰੋਜ਼ ਦਾ ਡੰਗਰ ਖਾਵੇ, 3,000 ਮਹੀਨਾ ਖਾ ਜਾਂਦਾ। ਬਿਲਕੁਲ ਜੀ, ਬਿਲਕੁਲ, ਠੀਕ ਆ ਦੋਸਤੋ। ਜ਼ਰੂਰ ਤੁਸੀਂ ਭਾਅ ਜੀ ਸੁਖਵਿੰਦਰ ਹੋਣਾ ਦੇ ਨਾਲ ਕੰਟੈਕਟ ਕਰਕੇ ਜਿਹੜੀ ਇਹ ਵੈੜ ਦੀ ਵੀ ਗੱਲਬਾਤ ਕਰ ਸਕਦੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।